ਦੇਸ਼ ਦਾ ਅੰਨਦਾਤਾ ਕਿਸਾਨ ਜੋ ਕਦੇ ਮੌਸਮ ਦੀ ਮਾਰ ਝੇਲਦਾ ਹੈ ਅਤੇ ਕਦੇ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦਾ ਹੈ। ਇਹਨਾਂ ਵਿੱਚੋਂ ਕੁਝ ਬਦਨਸੀਬ ਅਜਿਹੇ ਵੀ ਹਨ, ਜੇਕਰ ਇਹਨਾਂ ਦੋਹਾਂ ਤੋਂ ਬਚ ਜਾਣ ਤਾਂ ਕੋਈ ਨਾ ਕੋਈ ਵਿਪਤਾ ਪੈ ਜਾਂਦੀ ਹੈ। ਤੇ ਅਜਿਹਾ ਹੀ ਕੁਝ ਵੇਖਣ ਨੂੰ ਮਿਲਿਆ ਜ਼ਿਲ੍ਹੇ ਦੇ ਬਲਾਕ ਰੋਟਾ ਵਿਖੇ, ਜਿੱਥੋਂ ਦੇ ਪਿੰਡ ਅਜੀਜਪੁਰ ਵਿਖੇ ਅੱਗ ਲੱਗਣ ਦੀ ਵਜ੍ਹਾ ਨਾਲ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ 4 ਏਕੜ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ। ਅੱਗ ਲੱਗਣ ਦੀ ਖਬਰ ਸੁਣ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਕਿਸਾਨਾਂ ਨੇ ਮੁਆਵਜ਼ਾ ਦੇਣ ਦੀ ਮੰਗ ਵੀ ਰੱਖੀ। ਵਿਸਾਖੀ ਦੇ ਬਾਅਦ ਜਿੱਥੇ ਕਿਸਾਨ ਆਪਣੀ ਮਿਹਨਤ ਦੇ ਮੂਲ ਦੀ ਕਟਾਈ ਵੱਲ ਹੁੰਦੇ ਹਨ, ਉੱਥੇ ਹੀ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਅਜੀਜਪੁਰ ਵਿਖੇ ਕਣਕ ਨੂੰ ਲੱਗੀ ਅੱਗ ਦੇ ਚਲਦੇ ਜਦ ਪੀੜਿਤ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਖੇਤਾਂ ਦੇ ਨਾਲ ਟਰਾਂਸਫਾਰਮਰ ਹੈ, ਜਿੱਥੇ ਸਪਾਰਕਿੰਗ ਹੋਣ ਦੇ ਬਾਅਦ ਅੱਗ ਦੇ ਚੰਗਿਆੜੇ ਉਹਨਾਂ ਦੀ ਖੜੀ ਫਸਲ ਵਿੱਚ ਪੈ ਗਏ, ਜਿਸ ਵਜ੍ਹਾ ਨਾਲ ਖੇਤਾਂ ਵਿੱਚ ਅੱਗ ਲੱਗ ਗਈ ਅਤੇ 4 ਏਕੜ ਦੇ ਕਰੀਬ ਉਹਨਾਂ ਦੀ ਫਸਲ ਸੜ ਕੇ ਸਵਾਹ ਹੋ ਗਈ। ਮੈਂ ਡਿਊਟੀ ਤੋਂ ਆਇਆ, ਆਪਣੀ ਤੋਂ ਡਿਊਟੀ ਤੋਂ ਮੈਂ ਪਾਣੀ ਪੀ ਰਿਹਾ ਤੇ ਮੇਰੇ ਚਾਚਾ ਜੀ ਕਹਿੰਦੇ ਕਿ ਸ਼ੁਰੂ ਅੱਗ ਲੱਗ ਗਈ, ਅੱਗ ਲੱਗ ਗਈ। ਉਹ ਉੱਥੇ ਚੰਗਿਆੜੇ ਨਿਕਲੇ ਆ ਉੱਥੋਂ ਬਿਜਲੀ ਤੋਂ, ਤੇ ਉਹ ਸਰਦਾਰ ਸਾਹਿਬ ਆਪਣੇ ਅਮਦੀਪ ਸਿੰਘ ਦੀ ਪੈਲੀ ਤੋਂ ਆਏ ਆ, ਉੱਥੋਂ ਸਾਰੀ ਸਾਡੀ ਕਣਕ ਸੜ ਗਈ। ਸਾਡੀ 3.25 ਕਿੱਲੇ ਕਣਕ ਹੈਗੀ ਸਾਡੀ, ਸਾਰੀ ਮਿੱਟੀ ਤੁਹਾਡੇ ਸਾਹਮਣੇ ਹੀ ਹੈ, ਤੁਸੀਂ ਦੇਖ ਲਓ ਕੈਮਰਾ ਮਾਰ ਕੇ। ਮੰਗ ਇਹੀ ਹੈ ਜੀ ਸਰਕਾਰ ਅੱਗੇ, ਬਾਕੀ 6 ਮਹੀਨੇ ਸਾਡੀ ਸਲਾਨਾ ਫਸਲ ਹੈਗੀ, ਅਸੀਂ ਇਹਦੇ ਤੋਂ ਹੀ ਰੋਟੀ ਪਾਣੀ ਕਰਦੇ ਹਾਂ। ਬਾਕੀ ਜਿਵੇਂ ਸਰਕਾਰ ਨੂੰ ਚੰਗਾ ਲੱਗਦਾ, ਸਰਕਾਰ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਬਾਕੀ ਜਿਵੇਂ ਸਰਕਾਰ ਨੂੰ ਸਹੀ ਲੱਗੇ। ਅਸੀਂ ਘਰ ਹੀ ਸਾਰੇ ਤੇ ਘਰਾਂ ਦੇ ਆਉਂਦੇ ਬਸ ਅੱਗੇ ਭੱਜ ਗਏ ਤੇ ਨਹੀਂ ਬੁੱਝੀ ਚਵਾ ਬਸ ਦੀ ਤੇ ਬਸ ਸਾਰੇ ਲੱਗੀ ਲੱਗ ਸਕਦੇ ਹਾਂ। ਚਾਰ ਜੇ ਰੱਖਦਾ ਹੈ ਜਿੱਦਾਂ ਕੋਈ ਇਹੋ ਬੱਚੀ ਸਾਡੀ ਤਿੰਨ ਕਿਲੋ ਬੱਚੀ ਬਾਕੀ ਸਭ ਮੰਗ ਹੋਈ ਆ, ਸਾਨੂੰ ਕੋਈ ਸਰਕਾਰ ਵੱਲੋਂ ਦਿੱਤਾ ਜਾਵੇ।